ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ, ਦੋ ਲੋਕ ਜ਼ਖਮੀ। ਪਾਕਿਸਤਾਨ ਵੱਲੋਂ LOC ਉੱਤੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਅੱਜ ਸਵੇਰੇ ਪੁੰਛ ਵਿੱਚ ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਜ਼ੋਰਦਾਰ ਜਵਾਬ ਦਿੱਤਾ ਗਿਆ। ਪਾਕਿਸਤਾਨ ਕੀ ਤਰਫ ਸੇ ਆਏ ਦਿਨ ਲਗਾਤਾਰ ਕੰਟੀਨਿਊ ਇਸ ਇਲਾਕੇ ਕੋ ਨਿਸ਼ਾਨਾ ਬਣਾ ਰਿਹਾ ਹੈ, ਰਿਹਾਇਸ਼ੀ ਇਲਾਕੋਂ ਕੋ ਨਿਸ਼ਾਨਾ ਬਣਾ ਰਿਹਾ ਹੈ ਔਰ ਪਾਕਿਸਤਾਨ ਬਾਰ ਬਾਰ ਸੀਜ਼ ਫਾਇਰ ਕਾ ਉਲੰਘਨ ਕਰ ਰਿਹਾ ਹੈ। ਹਮਾਰਾ ਤੋ ਯਹੀ ਕਹਿਣਾ ਹੈ ਕਿ ਯਹਾਂ ਲੋਕੋਂ ਕਾ ਯਹੀ ਕਹਿਣਾ ਹੈ ਕਿ ਜਾਂ ਤੋ ਆਰ ਪਾਰ ਕੀ ਲੜਾਈ ਹੋ ਜਾਏ, ਏਕ ਹੀ ਵਾਰ ਮੇਂ ਸਭ ਕੁਛ, ਜਿਸਕੇ ਘਰ ਸੇ ਏਕ ਜਾਂ ਦੋ ਆਦਮੀ ਚਲੇ ਗਏ, ਉਨਕੇ ਲੀਏ ਤੋ ਲੜਾਈ ਲੱਗ ਕੇ ਖਤਮ ਵੀ ਹੋ ਗਈ। ਤੋ ਪਾਕਿਸਤਾਨ ਸੁਧਰਨੇ ਵਾਲਾ ਨਹੀਂ ਹੈ। ਪਾਕਿਸਤਾਨ ਕੀ ਯਹੀ ਕੋਸ਼ਿਸ਼ ਰਹਿਤੀ ਹੈ ਕਿ ਆਏ ਦਿਨ ਕਹੀਂ ਨਾ ਕਹੀਂ ਸੇ ਪੋਸਟ ਟੂ ਪੋਸਟ ਫਾਇਰਿੰਗ ਕਰਕੇ ਕਹੀਂ ਸੇ ਕਹੀਂ ਸੇ ਘੁਸਪੈਠ ਕਰਵਾਉਣੇ ਕੀ ਫਰਾਕ ਮੇਂ ਰਹਿਤਾ ਹੈ ਪਾਕਿਸਤਾਨ। ਉੱਥੇ ਹੀ ਪੁੰਛ ਅਤੇ ਉੜੀ ਸੈਕਟਰਾਂ ਉੱਤੇ ਪਾਕਿਸਤਾਨ ਵੱਲੋਂ ਸੁੱਟੇ ਗਏ ਮੋਰਟਾਰ ਕਾਰਨ ਦੋ ਲੋਕ ਜ਼ਖਮੀ ਹੋ ਗਏ ਹਨ। ਇੰਡੀਅਨ ਏਅਰ ਫੋਰਸ ਵੱਲੋਂ ਜਦੋਂ ਦੀ ਪਾਕਿਸਤਾਨ ਵਿੱਚ ਏਅਰ ਸਟ੍ਰਾਈਕ ਕੀਤੀ ਗਈ ਹੈ, ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਲਗਾਤਾਰ LOC ਉੱਤੇ ਗੋਲੀਬਾਰੀ ਜਾਰੀ ਹੈ। ਔਰ ਮੇਰੀ ਹਮਾਰੀ ਸਾਰੀ ਟੀਮ ਇੱਕ ਘੰਟਾ ਪਹਿਲੇ ਹੀ ਪਹੁੰਚ ਗਈ ਥੀ ਇਨਕੋ ਰਿਸੀਵ ਕਰਨੇ ਕੇ ਲੀਏ ਔਰ ਹਮਨੇ ਸਾਰੀ ਤਿਆਰੀ ਕਰ ਲਈ ਥੀ ਪਹਿਲੇ ਹੀ ਕਿ ਇਨਕੋ ਰਿਸੀਵ ਕਰਕੇ ਜੋ ਹੈ ਇਨ ਜੋ ਟ੍ਰੀਟਮੈਂਟ ਹੈ ਉਸੀ ਵਕਤ ਸਟਾਰਟ ਕਰਨੀ ਹੈ। ਤੋ ਅਭੀ ਆਇਆ ਇਨਕੇ ਟਾਂਗ ਮੇਂ ਜੋ ਹੈ ਕੁਛ ਇੰਜਰੀ ਹੈ, ਕੰਪਾਊਂਡ ਇੰਜਰੀ ਹੈ, ਜ਼ਖਮ ਵਾਲਾ ਫ੍ਰੈਕਚਰ ਹੈ। ਤੋ ਜੈਸੇ ਆਇਆ ਤੋ ਹਮਨੇ ਆਪਣੀ ਟ੍ਰੀਟਮੈਂਟ ਸਟਾਰਟ ਕੀ ਹੈ ਔਰ ਅਭੀ ਹਮ ਟ੍ਰੀਟਮੈਂਟ ਕਰ ਰਹੇ ਹੈ। ਤੋ ਹਮਾਰੀ ਤਿਆਰੀ ਰਹਿਤੀ ਹੈ, ਹਮਾਰੀ ਜੈਸੇ ਰੋਜ਼ ਕੀ ਟੀਮਸ ਬਣੀ ਹੋਈ ਹੈ ਤੋ ਹਮਨੇ ਆਪਣਾ ਆਪਣਾ ਡਿਵਾਈਡ ਕੀਆ ਕਿ ਏਕ ਦਿਨ ਕੀ ਟੀਮ ਬਣਾਈ ਹੈ। ਤੋ ਜੈਸੇ ਕੋਈ ਇਨਫੋਰਮੇਸ਼ਨ ਆਤੀ ਹੈ ਤੋ ਹਮ ਹਮਾਰੀ ਪੂਰੀ ਟੀਮ ਉਸੀ ਵਕਤ ਯਹਾਂ ਪਹੁੰਚ ਜਾਤੀ ਹੈ ਔਰ ਕੁਛ ਲੋਕ ਤੋ ਪਹਿਲੇ ਸੇ ਵੀ ਯਹਾਂ ਪੇ 24 ਆਵਰਸ ਰਹਤੇ ਹੈ। ਤੋ ਜੈਸੇ ਐਸਾ ਕੁਛ ਹੋਤਾ ਹੈ ਤੋ ਹਮਾਰੀ ਪੂਰੀ ਟੀਮ ਆ ਕੇ ਆਪਣਾ ਜੋ ਹੈ ਕਾਰਵਾਈ ਸਟਾਰਟ ਕਰ ਦਿੱਤੀ ਹੈ। ਅਭੀ ਜੋ ਹਾਲਾਤ ਬਾਰਡਰ ਪੇ ਠੀਕ ਨਹੀਂ ਹੈ, ਫਾਇਰਿੰਗ ਵਗੈਰਾ ਹੋ ਰਹੀ ਹੈ, ਹਮ 24 ਆਵਰਸ ਜੋ ਹੈ ਹਮ ਹੋਸਪਿਟਲ ਮੇਂ ਰੈਡੀ ਹੈ ਔਰ ਆਪਣਾ ਆਪਣਾ ਕਾਮ ਸਭ ਕੁਛ ਸੌਂਪਾ ਗਿਆ ਹੈ ਔਰ ਸਭ ਬਹੁਤ ਅੱਛੇ ਸੇ ਇਸਕੋ ਨਿਭਾ ਰਹੇ ਹੈ।